ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ 102 ਅੰਗ ਤੱਕ ਚੰਡੀ ਚਰਿੱਤਰ ਦੂਜਾ ਦਾ ਅਧਿਆਏ ਦੂਸਰਾ ਆਰੰਭ ਕੀਤਾ ਸੀ। ਅੱਜ ਆਪਾਂ ਉਸ ਤੋਂ ਅੱਗੇ ਦੇ ਅਰਥ ਵਿਚਾਰ ਸਰਵਣ ਕਰਾਂਗੇ। ਰਸਾਵਲ ਛੰਦ ਸੁਣੀ ਦੇਵ ਬਾਣੀ, ਚੜ੍ਹੀ ਸਿੰਘ ਰਾਨੀ, ਸੁਭੰਗ ਸ਼ਸਤਰ ਧਾਰੇ, ਸਭੈ ਪਾਪ ਟਾਰੇ। ਸ਼ੇਰ 'ਤੇ ਸਵਾਰ ਹੋਈ ਦੇਵੀ ਦੁਰਗਾ ਦੀ ਗਰਜ ਸਭ ਨੇ ਸੁਣੀ। ਉਸਨੇ ਬੜੇ ਸੁੰਦਰ ਸ਼ਸਤਰ ਧਾਰਨ ਕੀਤੇ ਹੋਏ ਸਨ। ਉਹ ਸਭ ਪਾਪੀਆਂ ਦੇ ਪਾਪਾਂ ਨੂੰ ਨਾਸ਼ ਕਰਨ ਵਾਲੀ ਸੀ। ਕਰੇ ਨਦ ਨਾਦੰਗ ਮੀਹਾ ਮਦ ਮਾਦੰਗ ਭਯੋ ਸੰਖ ਸ਼ੋਰੰਗ ਸੁਣਿਓ ਚਾਰ ਔਰੰਗ। ਦੇਵੀ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਧੌਂਸਿਆਂ ਦਾ ਸ਼ਬਦ ਕਰੋ ਜੋ ਸੂਰਮਿਆਂ ਨੂੰ ਮਸਤ ਕਰਨ ਵਾਲਾ ਸੀ। ਉਸ ਵੇਲੇ ਸ਼ੰਖ ਦਾ ਸ਼ੋਰ ਹੋਇਆ ਜੋ ਚੌਹਾਂ ਪਾਸਿਆਂ ਵਿੱਚ ਸੁਣਿਆ ਗਿਆ। ਉਤੇ ਦੈਤ ਧਾਏ ਬੜੀ ਸੈਨ ਲਿਆਏ, ਮੁਖੰ ਰਕਤ ਨੈਨੰ ਬਕੈ ਬੰਕ ਬੈਨੰ। ਉਧਰੋਂ ਦੈਂਤ ਬੇਅੰਤ ਸੈਨਾ ਲੈ ਕੇ ਧਾਵਾ ਕਰਕੇ ਆਏ। ਉਹਨਾਂ ਦੇ ਮੂੰਹ ਅਤੇ ਅੱਖਾਂ ਕ੍ਰੋਧ ਨਾਲ ਲਾਲ ਸਨ। ਉਹ ਬੜੇ ਤਿੱਖੇ ਸ਼ਬਦ ਬੋਲ ਰਹੇ ਸਨ। ਚਵੰਗ ਚਾਰ ਢੂਕੇ ਮੁਖੰ ਮਾਰ ਕੂਕੇ, ਲੇ ਬਾਣ ਪਾਣੰ ਸੋ ਕਾਤੀ ਕਿਰਪਾਣੰ। ਦੈਂਤਾਂ ਦੀ ਚੌਹਾਂ ਤਰ੍ਹਾਂ ਦੀ ਸੈਨਾ ਮੈਦਾਨ ਵਿੱਚ ਆ ਗਈ। ਉਹ ਮੂੰਹੋਂ ਮਾਰ ਲਓ ਦਾ ਸ਼ੋਰ ਕਰ ਰਹੇ ਸਨ। ਉਹਨਾਂ ਨੇ ਆਪਣਿਆਂ ਹੱਥਾਂ ਵਿੱਚ ਤੀਰ ਛੁਰੀਆਂ ਅਤੇ ਤਲਵਾਰਾਂ ਫੜੀਆਂ ਹੋਈਆਂ ਸਨ। ਮੰਡੇ ਮੱਦ ਜੰਗੰ ਪ੍ਰਹਾਰੰ ਖਤੰਗੰ ਕਰੌਤੀ ਕਟਾਰੰ ਉਠੀ ਸ਼ਸਤਰ ਝਾਰੰ। ਸੂਰਮੇ ਜੰਗ ਕਰਨ ਵਿੱਚ ਰੁੱਝ ਗਏ ਅਤੇ ਤੀਰਾਂ ਦੀ ਵਰਖਾ ਹੋਣ ਲੱਗੀ। ਤਲਵਾਰਾਂ ਅਤੇ ਕਟਾਰਾਂ ਆਦਿ ਸ਼ਸਤਰਾਂ ਵਿੱਚੋਂ ਬੜੀ ਚਮਕ ਉੱਠ ਰਹੀ ਸੀ। ਮਹਾਂਵੀਰ ਧਾਏ ਸਰੋਗੰ ਚਲਾਏ, ਕਰੈ ਵਾਰ ਬੈਰੀ ਫਿਰੇ ਜਿਉ ਗੰਗੈਰੀ। ਬੜੇ ਬੜੇ ਬਹਾਦਰ ਯੋਧੇ ਰਣਭੂਮੀ ਵਿੱਚ ਆ ਗਏ ਸਨ ਅਤੇ ਤੀਰ ਚਲਾਉਂਦੇ ਸਨ। ਉਹ ਇਸ ਤਰ੍ਹਾਂ ਫੁਰਤੀ ਨਾਲ ਵੈਰੀਆਂ 'ਤੇ ਵਾਰ ਕਰਦੇ ਸਨ ਜਿਵੇਂ ਜਲ ਭੌਰਾ ਪਾਣੀ ਉੱਤੇ ਬੜੀ ਤੇਜ਼ੀ ਨਾਲ ਘੁੰਮਦਾ ਹੈ। ਭੁਜੰਗ ਪਰਜਾਤ ਛੰਦ ਕ੍ਰੋਧ ਤਸਟਾਇੰ ਉਤੇ ਸਿੰਘ ਧਾਇੰ ਇਤੇ ਸੰਖ ਲੈ ਹਾਥ ਦੇਵੀ ਬਜਾਇੰ। ਪੁਰੀ ਚੌਦਹੂੰ ਰਹਿਓ ਨਾਦ ਪੂਰੰ ਚਮਕਿਓ ਮੁਖੰ ਜੁੱਤ ਕੇ ਮੱਧ ਨੂਰੰ। ਉਧਰੋਂ ਦੇਵੀ ਦਾ ਸ਼ੋਰ ਬੜੇ ਕ੍ਰੋਧ ਨਾਲ ਪੂਛ ਉੱਚੀ ਕਰਕੇ ਦੌੜਦਾ ਹੋਇਆ ਮੈਦਾਨ ਵਿੱਚ ਆ ਗਿਆ। ਇਧਰੋਂ ਦੇਵੀ ਨੇ ਹੱਥ ਵਿੱਚ ਸੰਖ ਲੈ ਕੇ ਬੜੀ ਉੱਚੀ ਵਜਾਇਆ। ਸੰਖ ਦੀ ਆਵਾਜ਼ 14 ਲੋਕਾਂ ਵਿੱਚ ਫੈਲ ਗਈ। ਯੁੱਧ ਵਿਚਕਾਰ ਦੇਵੀ ਦੁਰਗਾ ਦਾ ਮੁੱਖ ਪ੍ਰਕਾਸ਼ ਨਾਲ ਚਮਕਣ ਲੱਗਾ। ਤਬੈ ਧੂਮਰ ਨੈਣ ਮਚਿਓ ਸ਼ਸਤਰ ਧਾਰੀ, ਲਏ ਸੰਘ ਜੋਧਾ ਬੜੇ ਵੀਰ ਭਾਰੀ, ਲਇਓ ਭੇੜ ਪਬੰ ਕੀਓ ਨਾਦ ਉੱਚੰ ਸੁਨੇ ਗਰਭਣੀਆਨ ਕੇ ਗਰਭ ਮੁੱਚੰ। ਦੇਵੀ ਨੂੰ ਰਣਭੂਮੀ ਵਿੱਚ ਆਇਆ ਵੇਖ ਕੇ ਸ਼ਸਤਰਧਾਰੀ ਧੂਮਰ ਨੈਣ ਬੜਾ ਗਰਜਿਆ। ਉਸਨੂੰ ਆਪਣੇ ਨਾਲ ਬੜੇ ਬੜੇ ਬਹਾਦਰ ਸੂਰਮੇ ਲਏ ਹੋਏ ਸਨ। ਉਹਨਾਂ ਸੂਰਮਿਆਂ ਨੇ ਪਹਾੜਾਂ ਨੂੰ ਘੇਰ ਲਿਆ ਅਤੇ ਬਹੁਤ ਸ਼ੇਰ ਸ਼ਰਾਬਾ ਕਰ ਦਿੱਤਾ। ਉਹਨਾਂ ਨੇ ਰੌਲੇ ਗੋਲੇ ਨੂੰ ਸੁਣ ਕੇ ਗਰਭਵਤੀ ਇਸਤਰੀਆਂ ਦੇ ਗਰਭਪਾਤ ਹੋ ਗਏ। ਸੁਨਿਓ ਨਾਦ ਸ਼ਰਵਣੰ ਕਿਓ ਦੇਵ ਕੋਪੰ ਸਜੇ ਚਰਮ ਬਰਮੰ ਧਰੇ ਸੀਸ ਟੋਪੰ ਪਈ ਸਿੰਘ ਸਵਾਰੰ ਕਿਓ ਨਾਦ ਉੱਚੰ ਸੁਨੇ ਦੇਹ ਦੀਹ ਦਾਨਵਾਨ ਕੇ ਮਾਨ ਮੁੱਚੰ। ਜਦੋਂ ਦੇਵੀ ਨੇ ਧੂਮਰ ਨੈਣ ਦਾ ਰੌਲਾ ਗੋਲਾ ਆਪਣੇ ਕੰਨਾਂ ਨਾਲ ਸੁਣਿਆ ਤਾਂ ਉਸਨੇ ਬਹੁਤ ਕ੍ਰੋਧ ਕੀਤਾ। ਉਸਨੇ ਢਾਲ ਅਤੇ ਸੰਜੋਗ ਪਹਿਨ ਲਈ, ਸਿਰ 'ਤੇ ਲੋਹੇ ਦਾ ਟੋਪ ਧਰ ਲਿਆ। ਦੇਵੀ ਦੁਰਗਾ ਸ਼ੇਰ 'ਤੇ ਸਵਾਰ ਹੋ ਗਈ ਅਤੇ ਬੜਾ ਉੱਚਾ ਸ਼ਬਦ ਕੀਤਾ ਜਿਸ ਨੂੰ ਸੁਣ ਕੇ ਵੱਡੇ ਵੱਡੇ ਬਹਾਦਰ ਦੈਂਤਾਂ ਦਾ ਅਹੰਕਾਰ ਨਾਸ਼ ਹੋ ਗਿਆ।
ਮਹਾਕੋਪ ਦੇਵੀ ਤਸੀ ਸੈਨ ਮੱਦੰ ਕਰੇ ਬੀਰ ਬੰਕੇ ਤਹਾਂ ਅੱਧ ਅੱਧੰ ਜਿਸੈ ਧਾਏ ਕੈ ਸੂਲ ਸਹਿਥੀ ਪ੍ਰਹਾਰੀਓ ਤਿਨੇ ਫੇਰ ਪਾਨੰ ਨਬਾਨੰ ਸੰਭਾਰੇਓ। ਬੜੇ ਕ੍ਰੋਧ ਨਾਲ ਦੁਰਗਾ ਦੈਂਤ ਦੀ ਸੈਨਾ ਵਿੱਚ ਜਾਤ ਸੀ। ਉਸਨੇ ਬੜੇ ਬੜੇ ਬਾਂਕੇ ਸੂਰਮਿਆਂ ਨੂੰ ਵੱਢ ਵੱਢ ਕੇ ਦੋ ਟੁਕੜੇ ਕਰ ਦਿੱਤਾ। ਦੇਵੀ ਨੇ ਹੱਲਾ ਕਰਕੇ ਜਿਸ ਜਿਸ 'ਤੇ ਤ੍ਰਿਸ਼ੂਲ ਜਾਂ ਸਹਿਥੀ ਦਾ ਵਾਰ ਕੀਤਾ ਉਹ ਮੁੜ ਕੇ ਫਿਰ ਆਪਣੇ ਹੱਥ ਵਿੱਚ ਬਾਣ ਨਾ ਫੜ ਸਕਿਆ। ਰਸਾਵਲ ਚੰਦ ਜਿਸੈ ਬਾਣ ਮਾਰਿਓ ਤਿਸੈ ਮਾਰ ਡਾਰਿਓ ਜਿਤੈ ਸਿੰਘ ਧਾਇਓ ਤਿਤੈ ਸੈਨ ਘਾਇਓ। ਦੇਵੀ ਨੇ ਜਿਸ ਦੈਂਤ ਨੂੰ ਤੀਰ ਮਾਰਿਆ ਉਸਨੂੰ ਮਾਰ ਕੇ ਸੁੱਟ ਦਿੱਤਾ। ਦੇਵੀ ਦਾ ਸ਼ੇਰ ਜਿਸ ਪਾਸੇ ਵੱਲ ਧਾਵਾ ਕਰਕੇ ਜਾਂਦਾ ਸੀ ਉਸ ਪਾਸੇ ਦੀ ਸਾਰੀ ਸੈਨਾ ਖਤਮ ਕਰ ਦਿੰਦਾ ਸੀ। ਜਿਤੇ ਘਾਏ ਡਾਲੇ ਤਿਤੇ ਘਾਰ ਘਾਲੇ ਸਮੂਹ ਸ਼ਤਰੂ ਆਇਓ ਸੁਜਾਨੇ ਨਾ ਪਾਇਓ। ਜਿੰਨੇ ਦੈਂਤਾਂ ਨੂੰ ਦੇਵੀ ਨੇ ਮਾਰਿਆ ਉਹਨਾਂ ਨੂੰ ਹੀ ਪਹਾੜਾਂ ਤੋਂ ਹੇਠਾਂ ਖੱਡਾਂ ਵਿੱਚ ਸੁੱਟ ਦਿੱਤਾ। ਜਿਹੜਾ ਵੈਰੀ ਵੀ ਦੇਵੀ ਦੇ ਸਾਹਮਣੇ ਆਇਆ ਉਹ ਜਿਉਂਦਾ ਬਚ ਕੇ ਨਾ ਜਾ ਸਕਿਆ। ਜਿਤੇ ਜੁਝ ਰੁਜੇ ਤਿਤੇ ਅੰਤ ਜੁਜੇ ਜਿਨੈ ਸ਼ਸਤਰ ਘਾਲੇ ਤਿਤੇ ਮਾਰ ਡਾਲੇ। ਜਿਹੜੇ ਸੂਰਮੇ ਜੰਗ ਵਿੱਚ ਜੁਟੇ ਹੋਏ ਸਨ ਉਹ ਅੰਤ ਨੂੰ ਸਾਰੇ ਮਾਰੇ ਗਏ। ਜਿਹੜੇ ਦੈਂਤ ਸ਼ਸਤਰ ਫੜ ਕੇ ਦੇਵੀ ਦੇ ਸਾਹਮਣੇ ਆਏ ਉਹਨਾਂ ਸਾਰਿਆਂ ਨੂੰ ਦੇਵੀ ਨੇ ਮਾਰ ਦਿੱਤਾ। ਤਬੈ ਮਾਤ ਕਾਲੀ ਤਪੀ ਤੇਜ ਜੁਆਲੀ ਜਿਸੈ ਘਾਵ ਡਾਰਿਓ ਸੁਸੁਰ ਗੰਗ ਸਿਧਾਰਿਓ। ਤਦੋਂ ਕਾਲਕਾ ਮਾਤਾ ਅਗਨੀ ਵਾਂਗ ਤਪਾਏਮਾਨ ਹੋ ਗਈ। ਉਸਨੇ ਜਿਸ 'ਤੇ ਵੀ ਵਾਰ ਕੀਤਾ ਉਹ ਸੁਰਗਾਂ ਨੂੰ ਚਲਾ ਗਿਆ ਭਾਵ ਮਰ ਗਿਆ। ਘਰੀ ਅੱਧ ਮੱਦੰ ਹਨਿਓ ਸੈਨ ਸੁਦੰ ਹਨਿਓ ਧੂਮਰ ਨੈਨੰ ਸੁਨਿਓ ਦੇਵ ਗੈਣੰ। ਕਾਲਕਾ ਨੇ ਅੱਧੀ ਘੜੀ ਵਿੱਚ ਹੀ ਸਾਰੀ ਸੈਨਾ ਨੂੰ ਮਾਰ ਦਿੱਤਾ। ਧੂਮਰ ਨੈਣ ਵੀ ਦੇਵੀ ਹੱਥੋਂ ਮਾਰਿਆ ਗਿਆ। ਇਹ ਖੁਸ਼ੀ ਭਰੀ ਖਬਰ ਦੇਵਤਿਆਂ ਨੇ ਆਕਾਸ਼ ਵਿੱਚ ਸੁਣੀ। ਦੋਹਰਾ ਭਜੀ ਬਿਰੂਥਨ ਦਾਨ ਵੀ ਗਈ ਭੂਪ ਕੇ ਪਾਸ ਧੂਮਰ ਨੈਣ ਕਾਲੀ ਹਨਿਓ ਭਜੀਓ ਸੈਨ ਨਿਰਾਸ। ਜਦੋਂ ਦੈਂਤਾਂ ਦੀ ਬੇਅੰਤ ਸੈਨਾ ਮਾਰੀ ਗਈ ਤਦੋਂ ਬਾਕੀ ਰਹਿੰਦੀ ਦੈਂਤਾਂ ਦੀ ਸੈਨਾ ਮੈਦਾਨ ਵਿੱਚੋਂ ਭੱਜ ਕੇ ਆਪਣੇ ਰਾਜੇ ਸੁੰਭ ਕੋਲ ਚਲੀ ਗਈ। ਉਹਨਾਂ ਸੈਨਿਕਾਂ ਨੇ ਰਾਜੇ ਨੂੰ ਦੱਸਿਆ ਕਿ ਕਾਲੀ ਨੇ ਧੂਮਰ ਨੈਣ ਨੂੰ ਮਾਰ ਦਿੱਤਾ ਅਤੇ ਸਾਡੀ ਬਾਕੀ ਬਚਦੀ ਸੈਨਾ ਨਿਰਾਸ਼ ਹੋ ਕੇ ਰਣਭੂਮੀ ਵਿੱਚੋਂ ਭੱਜ ਗਈ ਹੈ। ਇਤ ਸ਼੍ਰੀ ਬਚਿੱਤਰ ਨਾਟਕੇ ਚੰਡੀ ਚਰਿਤਰੇ ਧੂਮਰ ਨੈਣ ਵਧੈ ਦੁਤੀਆ ਧਿਆਏ ਸੰਪੂਰਨਮ ਸਤ ਸ਼ੁਭ ਸਤ ਅਫਜੂ। ਸ਼੍ਰੀ ਬਚਿੱਤਰ ਨਾਟਕ ਚੰਡੀ ਚਰਿੱਤਰ ਧੂਮਰ ਨੈਣ ਦੇ ਕਤਲ ਦਾ ਜੋ ਅਧਿਆਏ ਦੂਸਰਾ ਇੱਥੇ ਸਮਾਪਤ ਹੁੰਦਾ ਹੈ। ਅਗਲੇ ਪ੍ਰਸੰਗ ਦੇ ਵਿੱਚ ਆਪਾਂ ਤੀਸਰਾ ਅਧਿਆਏ ਸ਼੍ਰਵਣ ਕਰਾਂਗੇ। ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਕਥਾ ਕਰਦਿਆਂ ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।